ਕਿੱਦਾਂ ਸਾਰੇ ਸਾਰੇ ਠੀਕ ਠਾਕ ਹੀ ਹੋਣਗੇ। ਅੱਜ ਦਾ ਵਲੌਗ ਸਟਾਰਟ ਕਰਦੇ ਹਾਂ ਆਪਾਂ। ਅੱਜ ਤਾਂ ਇੱਕ ਤਾਂ ਸਪਰੇਆਂ ਕਰਨੀਆਂ, ਜਿੱਦਾਂ ਆਪਾਂ ਦਵਾਈਆਂ 'ਤੇ ਹੋ ਗਏ ਹਾਂ, ਇੱਦਾਂ ਆਪਣੀਆਂ ਫਸਲਾਂ ਵੀ ਦਵਾਈਆਂ 'ਤੇ ਹੋ ਗਈਆਂ ਆ। ਜਿੱਦਾਂ ਮੈਡੀਸਨ ਗਲੂਕੋਜ ਆਪਾਂ ਲੱਗਦੇ ਆ, ਉੱਦਾਂ ਹੀ ਇਹਨਾਂ ਨੂੰ ਗਲੂਕੋਜ ਲਾਉਣੇ ਪੈਂਦੇ ਆ ਸਮੇਂ ਸਮੇਂ 'ਤੇ। ਸਾਨੂੰ ਇੱਕ ਸਪਰੇਅ ਹੁਣ ਮਜਬੂਰੀ ਨੂੰ ਕਰਨੀ ਪਈ ਆ, ਉੱਦਾਂ ਹੀ ਸਪਰੇਅ ਬਹੁਤ ਘੱਟ ਕਰਦੇ ਹਾਂ। ਇਹ ਸਪਰੇਅ ਆ ਵੀ ਥੱਲਿਓਂ ਜਿਹੜਾ ਆ ਇਹਨੂੰ ਗੋਬ ਦੀ ਸੁੰਡੀ ਇਹਨੂੰ ਕਹਿ ਦਿੰਦੇ ਆ, ਉਹ ਪੈ ਗਈ ਆ 11-21 ਨੂੰ, ਅਤੇ ਸਾਨੂੰ ਉਹਦੇ ਲਈ ਸਪਰੇਅ ਕਰਨੀ ਪੈਣੀ ਸੀ, ਜ਼ਰੂਰੀ ਹੋ ਗਈ ਸੀ। ਅਤੇ ਸਪਰੇਅ ਕਰਦੇ ਹਾਂ, ਨਾਲੇ ਤੁਹਾਨੂੰ ਵਿਖਾਉਂਦੇ ਹਾਂ ਵੀ ਸਾਡਾ ਸਪਰੇਅ ਕਰਨ ਦਾ ਤਰੀਕਾ ਕਿਹੜਾ ਵਾ ਅਤੇ ਅਸੀਂ ਕਿਹੜੀ ਦਵਾਈ ਯੂਜ਼ ਕਰਦੇ ਹਾਂ। ਅਤੇ ਆ ਜਾਓ, ਸਪਰੇਅ ਵਾਲਾ ਆ ਗਿਆ, ਇਹ ਬਹੁਤ ਬਿਜ਼ੀ ਰਹਿੰਦਾ, ਇਹੋ ਹੀ ਨਹੀਂ ਲੱਭਦਾ ਸਾਨੂੰ ਬੜੇ ਬੜੇ ਦਿਨ 'ਤੇ। ਇਹ ਪੁੱਛੀ ਜਾਂਦਾ ਕਿੰਨਾ ਥਾਂ ਜੇ ਕਰ ਦਾਂਗੇ ਨਾ, ਇਹਨੇ ਕਿਸੇ ਨੂੰ ਨਹੀਂ ਕਰਨੀ ਅਤੇ ਕੰਮ ਇਹਨੇ ਕਿਸੇ ਦਾ ਬੰਨੇ ਨਹੀਂ। ਦੱਸੋ ਕੀ ਲਾਉਣਾ ਨਾ ਸਪਰੇਅ ਕਰਨ ਤੋਂ ਪਹਿਲਾਂ ਪਹਿਲਾਂ ਸਰੀਰ ਨੂੰ ਦੱਸ ਦੱਸ ਇਹਨੂੰ ਕਰਕੇ ਆਵੇ ਮੁੰਡਾ ਕਿਹੜਾ ਦੱਸੂ ਤੁਹਾਡੇ 'ਚ, ਤੂੰ ਇਕੱਲਾ ਦੱਸ ਵੀ ਕੀ ਲਾਉਣਾ ਨਾ। ਕੌੜਾ ਤੇਲ ਲਾਈਦਾ ਜੀ। ਕੌੜਾ ਤੇਲ ਤੇ ਕਿੰਨੇ ਕਿੱਲੇ ਦਿਹਾੜੀ ਦੇ ਕਰ ਦਿੰਦੇ? ਜੇ ਸੁੱਕੇ ਹੋਣ ਫਿਰ 14-15 ਕਰ ਹੀ ਦੇਈਦੇ, ਅਤੇ ਜੇ ਪਾਣੀ ਭਰਿਆ ਹੋਵੇ ਤਾਂ ਉਹਨਾਂ 'ਚ ਫਿਰ 6-7। ਅਤੇ ਕਿੰਨਾ ਪੈਸਾ ਲੈਣ ਡਿਆ ਜੀ ਕਿੱਲੇ ਦੇ? 120। ਹੈਂ 120। ਅੱਛਾ, ਤੇ ਉਹ ਤਾਂ 14-15 ਕਿੱਲੇ ਦੇ। ਦਵਾਈ ਲੜਦੀ ਉੱਦਾਂ ਤੈਨੂੰ ਕਿ ਨਹੀਂ? ਦਵਾਈ ਲੜਦੀ ਹੁੰਦੀ ਆ। ਹੈਂ ਲੜਦੀ ਹੁੰਦੀ ਆ, ਲੜਦੀ। ਤੇ ਉਹਦੇ ਲਈ ਕੀ ਪ੍ਰੋਟੈਕਸ਼ਨ ਹੈ? ਕੋਈ ਨਹੀਂ, ਉਹਨੇ ਆਪਣਾ ਅਸਰ ਪੂਰਾ ਕਰਕੇ ਫੇਰ ਹੀ ਹਟਣਾ ਹੋਵੇ। ਤੇ ਜੇ ਬਾਈ ਚਾਂਸ ਦਵਾਈ ਚੜ੍ਹਦੀ ਹੈ ਤੇ ਫੇਰ ਕੀ ਇਲਾਜ ਹੈ? ਨਹੀਂ ਚੜ੍ਹਦੀ ਨਹੀਂ। ਨਹੀਂ ਜੇ ਚੜ੍ਹਦੀ ਹੈ ਤੇ ਫੇਰ ਕੀ ਇਲਾਜ ਹੈ ਵੈਸੇ? ਹੈਂ ਨਹੀਂ ਚੜ੍ਹਦੇ ਦਈਦੀ ਨਹੀਂ ਤੇ। ਅੱਛਾ, ਤੇਲ ਹੀ ਆ ਇਹਦਾ ਇੱਕੋ ਤੋੜ ਹੈ ਵੀ ਸਰੀਰ ਨੂੰ ਤੇਲ, ਸਾਰੀ ਬਾਡੀ ਨੂੰ ਮਲ ਕੇ ਰੱਖੋ। ਹਾਂਜੀ, ਸੁਣ ਲਓ ਵੀ ਮਿੱਤਰੋ, ਜਿੰਨੇ ਵੀ ਸਪਰੇਅ ਕਰਨੀ ਹੈ ਮੇਰੇ ਵੀਰ, ਕੋਸ਼ਿਸ਼ ਕਰਿਆ ਕਰੋ ਵੀ ਪੂਰਾ ਤੇਲ, ਸਰ੍ਹੋਂ ਦਾ ਤੇਲ ਲਾ ਕੇ ਨਾ ਸਰੀਰ ਨੂੰ ਸਾਰੇ ਨੂੰ ਫਿਰ ਸਪਰੇਅ ਸ਼ੁਰੂ ਕਰਿਆ ਕਰੋ। ਉਹਦੇ ਨਾਲ ਆਪਾਂ ਨੂੰ ਦਵਾਈ ਚੜ੍ਹਨ ਦਾ ਅਤੇ ਦਵਾਈ ਲੜਨ ਦਾ ਜਿਹੜਾ ਉਹ ਆ ਉਹ ਜ਼ੋਰ ਘੱਟ ਜਾਂਦਾ। ਇੱਕ ਬੋਤਲ ਤੇਲ ਡਿਊ ਪੋਰਟ ਦਾ ਨਵਾਂ ਸਾਲਟ ਆਇਆ ਜੇ, ਇਹਨੂੰ ਪਾਇਆ ਕਰੋ। ਅਤੇ ਇਹਦਾ ਨਾਮ ਹੈ ਡਿਊ ਪੋਰਟ ਲੌਂਗਰ ਡਾਇਰੈਕਸ਼ਨ ਕੰਟਰੋਲ ਅਤੇ ਹੈਲਥੀਅਰ ਗ੍ਰੀਨ ਕਰੋਪ ਸੁਪਰੀਅਰ ਕੁਆਲਿਟੀ। ਇਹ 750 ਰੁਪਈਏ ਦੀ ਆਉਂਦੀ ਹੈ ਅਤੇ ਸਾਰਾ ਕੁਛ ਹੀ ਕਵਰ ਕਰ ਜਾਂਦੀ ਹੈ, ਪੱਤਾ, ਲਪੇੜ, ਗੋਬ ਦੀ ਸੁੰਡੀ ਅਤੇ ਐਰਾ ਵਗੈਰਾ ਸਾਰਾ ਕੁਛ। ਉਹਨੂੰ ਵੀ ਮਾਰ ਦੇ ਉਧਰ ਲੈਣ। ਹਾਂਜੀ, ਸਵੇਰੇ ਤੋਂ ਵਿਹਲੇ ਹੋ ਗਏ ਹਾਂ ਅਤੇ ਬੰਦੇ ਬਹੁਤ ਖਪਿਆ ਦਪਿਆ ਵਾ ਅਤੇ ਚਾਹ ਦਾ ਪਿਆਲਾ ਫੜਿਆ ਇਹਨੇ ਨਾਲ, ਭੀਮ ਦੇ ਬਿਸਕੁਟ। ਅਤੇ ਸਾਦਾ ਸੌਂ ਵੀ ਅੱਜ ਦਾ ਆ ਗਿਆ ਮੇਰੇ, ਸਾਰੇ ਨੇ ਕਰਾਈ ਸਵੇਰੇ, ਸਾਰੇ ਨੇ ਬਾਲਟੀ ਬਹੁਤ ਵਾਹੀ ਅੱਜ। ਵੈਸੇ ਅੱਧੇ ਕੁ ਘੰਟੇ ਘੰਟੇ ਦੇ ਵਿੱਚ ਵਿੱਚ ਮੇਰਾ ਖਿਆਲ ਅਸੀਂ ਸਪਰੇਅ ਕਰਕੇ ਵਿਹਲੇ ਹੋਏ, ਕਿਉਂ ਵੀ ਹਾਂਜੀ ਘੰਟਾ ਲੱਗ ਗਿਆ ਕਿ ਨਹੀਂ? ਲੱਗ ਗਿਆ ਜੀ। ਇਹ ਮੁੰਡਾ ਤਕੜਾ ਉੱਦਾਂ ਸਪਰੇਅ ਨੂੰ ਹੈ, ਇਹਨੂੰ ਮੇਰਾ ਖਿਆਲ ਸਾਡੇ ਨਾਲ 3-4 ਸਾਲ ਹੋ ਗਿਆ ਸਾਡੇ ਘੁੰਮਦਿਆਂ ਨੂੰ। ਅਤੇ ਮਾੜੇ ਧਾੜੇ ਬੰਦੇ ਦਾ ਕੰਮ ਨਹੀਂ ਸਪਰੇਅ ਕਰਨੀ ਪਊ। ਇੱਕ ਤਾਂ ਟੈਂਕੀ 25 ਕਿਲੋ ਦੀ ਆ ਅਤੇ ਇੱਕ ਉੱਤੋਂ ਦਵਾਈ ਲੜਨ ਦਾ ਵੀ ਖਤਰਾ ਵਾ, ਜੇ ਦਵਾਈ ਚੜ੍ਹਨ ਦਾ ਵੀ ਖਤਰਾ ਵਾ। ਇਹ ਆਉਂਦਾ ਮਿੰਟੋ ਮਿੰਟੀ, ਨਾ ਇਹ ਮੂੰਹ ਬੰਨਦਾ ਜੇ ਅਤੇ ਨਾ ਇਹ ਗੱਲ ਹੀ ਸੁਣਦਾ ਜੇ ਸਾਡੀ, ਬਸ ਲਈ ਨੇਰੀ ਆਉਂਦਾ ਪੰਪ ਦੀਆਂ ਅਤੇ ਲਾਰੇ 4 ਕੁ ਦਿਨ ਲਾ ਲੈਂਦਾ ਵਾ ਵੀ ਅੱਜ ਆ ਗਿਆ ਸਵੇਰੇ ਆ ਗਿਆ, ਅੱਜ ਆ ਗਿਆ ਸਵੇਰੇ ਆ ਗਿਆ, ਆ ਜਾਂਦਾ ਉੱਦਾਂ। ਅੱਜ ਸੰਗਰਾਂਦ ਦਾ ਦਿਨ ਆ ਅਤੇ ਦੁਪਹਿਰ ਦੇ 12 ਵੱਜ ਗਏ ਆ ਅਤੇ ਮੈਂ ਅਤੇ ਸਵਲੀਨ ਤਿਆਰ ਹੋ ਗਏ ਹਾਂ ਅਤੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਚੱਲੇ ਹਾਂ। ਅਤੇ ਸਵੇਰੇ ਸਾਡੇ ਕੋਲ ਟਾਈਮ ਨਾ ਉੱਠਣ ਵਾਲੇ ਹੀ ਨਹੀਂ ਗੇ, ਨਾ ਸਵਲੀਨ ਟਾਈਮ ਨਾਲ ਉੱਠਦੀ ਆ ਨਾ ਮੈਂ ਟਾਈਮ ਨਾਲ ਉੱਠਦਾ ਹਾਂ। ਅਤੇ ਅਸੀਂ ਟਾਈਮ ਨਾਲ ਗੁਰਦੁਆਰੇ ਕਿੱਥੋਂ, ਫਿਰ ਵੀ 12 ਵਜੇ ਤੋਂ ਪਹਿਲਾਂ ਪਹਿਲਾਂ ਸਾਡਾ ਗੁਰਦੁਆਰੇ ਜਾਣ ਦਾ ਟੀਚਾ ਵਾ, ਉਹ 12 ਵਜੇ ਹੀ ਚੱਲੇ ਹਾਂ। ਸਵਲੀਨ ਬਾਬਾ ਜੀ ਕੋਲ ਜਾਣਾ, ਵਾਹਿਗੁਰੂ ਬਾਬਾ ਜੀ ਵਾਹਿਗੁਰੂ ਵਾਹਿਗੁਰੂ ਕਰ ਦਿਓ ਕਿ ਬਾਬਾ ਜੀ ਵਾਹਿਗੁਰੂ ਵਾਹਿਗੁਰੂ ਕਰ ਦਿਓ ਨਾ, ਵਾਹਿਗੁਰੂ ਵਾਹਿਗੁਰੂ ਕਰ ਦਿਓ ਬਾਬਾ ਜੀ ਵਾਹਿਗੁਰੂ। ਸਵਲੀਨ ਇੱਧਰ, ਇਹ ਕੈਮਰੇ ਗਾੜੀ ਬੋਲਣ ਤੋਂ ਬਹੁਤ ਡਰਦੀ ਹੈ।
कैमरे कड़ी नहीं बोलना, पिछे सारा कुछ बोल दी है। चलो चलते हैं गुरुद्वारा साहब, गुरुद्वारा साहब तो आके मिलते हैं। सुनी बाबा जी ने वागुरु कर दो, वागुरु नहीं करना, वागुरु कर दो, बाय बाय नहीं वागुरु करो, वागुरु। चल सारे नु बाय। ਅਸੀਂ ਪਹੁੰਚ ਗਏ ਹਾਂ ਗੁਰਦੁਆਰਾ ਸਾਹਿਬ, ਅਤੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਹਾਂ ਮੈਂ, ਮੇਰੀ ਵਾਈਫ ਆ ਅਤੇ ਮੇਰਾ ਬੇਟੀ ਆ ਅਤੇ ਸੁਵਲੀਨ, ਅਤੇ ਇਹ ਗੁਰੂ ਤੇਗ ਬਹਾਦਰ ਜੀ ਦਾ ਇਤਿਹਾਸਿਕ ਗੁਰਦੁਆਰਾ ਆ ਸਾਡੇ ਪਿੰਡ, ਅਤੇ ਉੱਥੇ ਮੈਂ ਤਾਂ ਰੈਗੂਲਰ ਹੀ ਜਾਂਦਾ ਹਾਂ। ਸੰਗਰਾਂਦ ਦਾ ਕਰਕੇ ਅਸੀਂ ਅੱਜ ਪਰਿਵਾਰ ਗਏ ਸੀਗੇ, ਅਤੇ ਮੰਮੀ ਡੈਡੀ ਪਹਿਲੋਂ ਹੋਏ ਆ, ਅਤੇ ਮੈਂ ਅਤੇ ਸੁਵਲੀਨ ਅਤੇ ਵਾਈਫ ਅਸੀਂ ਹੁਣ ਗਏ ਹਾਂ। ਇਤਿਹਾਸਿਕ ਗੁਰਦੁਆਰਾ ਹੈ, ਉਹ ਸਿਵਲੀਨ ਹੈ, ਇਹਨੂੰ ਮੱਥਾ ਟੇਕਣਾ ਸਿਖਾਉਂਦੀ ਪਈ ਆ ਮੰਮੀ ਇਹਦੇ, ਇਹ ਹੱਥ ਜੋੜ ਕੇ ਵਾਹਿਗੁਰੂ ਤਾਂ ਕਹਿ ਲੈਂਦੀ ਹੈ ਪਰ ਇਹਨੂੰ ਮੱਥਾ ਟੇਕਣਾ ਨਹੀਂ ਆਉਂਦਾ। ਇੱਥੇ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਹੈ, ਇਤਿਹਾਸਿਕ ਹੈ ਇਹ। ਆਹ ਦੇਖੋ ਬਾਅਦ 'ਚ ਆਪ ਹੀ ਖੁਦ ਹੀ ਟੇਕਣ ਲੱਗ ਗਈ ਆ, ਇੱਕੇ ਸਿਰ ਨਹੀਂ ਗੀ ਢੱਕਦੀ, ਇਹਦੇ ਉੱਪਰ ਜੋ ਵੀ ਸਿਰ ਦੇ ਪਾਈਦਾ ਹੈ ਜਲਦੀ ਜਲਦੀ ਲਾਹ ਦਿੰਦੀ ਹੈ। ਅਤੇ ਫਿਰ ਬਾਬਾ ਜੀ ਨੇ ਕਹਿ ਤਾ ਆਉਂਦਾ, ਚੱਲ ਛੋਟਾ ਬੱਚਾ ਆ ਇਹਦਾ ਕੋਈ ਗੱਲ ਨਹੀਂ, ਨਾ ਢੱਕੋ, ਇਹਦਾ ਸਿਰ ਢੱਕੀਦਾ ਹੈ, ਇਹ ਲਾਹ ਦਿੰਦੀ ਹੈ ਜੋ ਵੀ ਰੁਮਾਲ ਬੰਨੀਦਾ ਜਾਂ ਕੁਛ ਵੀ ਬੰਨੀਦਾ ਉੱਥੇ। ਐਗਰੀਕਲਚਰ ਲਾਈਫ ਅਤੇ ਟਰੈਵਲਿੰਗ, ਹਿੱਲ ਸਟੇਸ਼ਨ ਟਰੈਵਲਿੰਗ, ਅਦਰਸ ਹੋਰ ਬਹੁਤ ਸਾਰੇ ਆਪਾਂ ਵਲੋਗ ਆ ਜਿਹੜੇ ਤੁਹਾਡੇ ਲਈ ਲੈ ਕੇ ਆਵਾਂਗੇ ਅੱਗੇ ਵੀ, ਅਤੇ ਪਿੱਛੇ ਵੀ ਤੁਹਾਡੇ ਲਈ ਕੁਛ ਵਲੋਗ 3-4 ਲਿਆਉਂਦੇ ਆ ਇਸ ਸਾਲ ਦੇ, ਅਤੇ ਨੈਕਸਟ ਜਿਹੜੇ ਆਉਣ ਵਾਲੇ ਵਲੋਗ ਆ ਉਹ ਵੀ ਇੰਟਰਸਟਿੰਗ ਹੋਣਗੇ। ਇਸ ਪੇਜ ਨੂੰ ਸ਼ੇਅਰ ਕਰਿਆ ਕਰੋ, ਲਾਈਕ ਕਰਿਆ ਕਰੋ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ, ਅਤੇ ਕਮੈਂਟ ਕਰਕੇ ਪਲੀਜ਼ ਜ਼ਰੂਰ ਦੱਸਿਆ ਕਰੋ ਆਪਣੇ ਰਿਵਿਊ ਵੀ ਤੁਹਾਨੂੰ ਵਲੋਗ ਕਿੱਦਾਂ ਦੇ ਲੱਗਦੇ ਆ, ਅਤੇ ਸਬਸਕ੍ਰਾਈਬ ਵਾਲਾ ਬਟਨ ਲਾ ਕੇ ਬੈੱਲ ਆਈਕਨ 'ਤੇ ਜ਼ਰੂਰ ਕਲਿੱਕ ਕਰ ਦਿਆ ਕਰੋ।